हैलो जी, की हाल चाल। मैं ताड़ा अपना हरपाल धालीवाल। तो मित्रों, टाइम अज गए ने 12 बज गए ने, तो फ्रेश फ्रुश हो गए। हुण मैं बिलासपुर चला है। पिछले 4-5 दिन जिहड़े ट्रिप लाए उच एक चीज़ वधिया हो गई है। हुण मैं अज सवेरे मेरी जाग जिहड़ी आपां ही 7 बजे खुल गई। मतलब नींद पूरी नहीं हुई, लेकिन नींद आई भी नहीं। उहदे बाद चो मैनूं फिर मैं बैड तोड़िया, कदी इधर होया कदी उधर होया। तो हुण 10-11 बजे अपना पूरा सैट हो गए, खा पी गए, घरों निकले हाँ। अज मेरा इरादा है 2-4 छोटे मोटे काम नबेड़े जाण। तो मेरा इरादा यार, बड़े चिर तो ना मैं मूवी वेखनी ही, सौंकण सौंकणे उहदा टाइम जिहा नहीं लगन डिया ही। तो अज मेरा इरादा मूवी भी वेखी जाऊगी। तो गड्डी बड़ी गंदी हुई है, मीह मूह पैण डिया ही, कल तक गड्डी भी नहीं धवाई। तो अज गड्डी भी धवा लाँगे, तो बाकी नज़ारे लेंदे रहांगे नालों नाल। हुण मौसम थोड़ा गर्मी तो लगन डी है, लेकिन पहला नालों हुण फर्क हो गया जिद्दां दा एक दो मीह पए ने। फिलहाल पहला शम्मी जी नूं चुकिया जाए, फिर करते हैं मुलाकात। एकदम मैं तुहानू मतलब एक चीज विखावांगा, तुसीं डर ना जायो कितें एकदम। शम्मी जी दस दो यार, अज तुसीं पग क्यों बन्नी है? इहनूं मैं कहा शम्मी यार परने च जलदे आ, मैं परने जा। हैप्पी कहिंदा मैं चप्पलां पाईआं है। शम्मी चप्पलां पाई, लेकिन शम्मी जी कह रहे नहीं मैं पग बननी है, मैं शर्ट पाउणी है। टिकटा तक बुक लगदिया ने, लेकिन एंड मौके ते तुहानू पता ना अजकल बिजी बड़ा चलन डे, असीं टाइम नहीं हैगा साडे कोल। ते अज हुण आपां टाइम मैनेजमेंट कीती है, अज थोड़ा जिहा टाइम हैगा ही, असीं सोचिया कि गड्डी भी धवा ली जाए नालों नाल फिल्म भी वेख ली जाए। ਤੇ ਉਹਦੇ ਬਾਅਦ ਇੱਕ ਦੋ ਕੰਮ ਹੋ ਰਹੇ, ਉਹ ਵੀ ਨਿਪਟਾਵਾਂਗੇ, ਖਾਵਾਂਗੇ ਪੀਵਾਂਗੇ। ਅੱਜ ਆਪਣਾ ਰੈਸਟ ਡੇ ਆ। ਤੇ ਹਾਂ, ਇੱਕ ਗੱਲ ਹੋਰ, ਵੀਰ ਨਾਲ ਆਪਣੀ ਗੱਲ ਚੱਲ ਰਹੀ ਹੈ। ਵੀਰ ਅੱਜ ਸ਼ਾਇਦ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਦਿੱਲੀ ਪਹੁੰਚ ਜੇ। ਉਹ ਮੈਨੂੰ ਕਹਿ ਰਿਹਾ ਤੂੰ ਵੀ ਆ ਜਾ, ਸ਼ਾਇਦ ਕੋਈ ਪਤਾ ਨਹੀਂ ਕਿਸੇ ਵਲੋਗ ਦੇ ਵਿੱਚ ਵਿੱਚ ਮੈਂ ਦਿੱਲੀ ਨੂੰ ਵੀ ਨਿਕਲ ਜਾਵਾਂ, ਜਾਂ ਹੋ ਸਕਦਾ ਰਾਤ ਨੂੰ ਨਿਕਲਾਂ, ਕੁਛ ਵੀ ਹੋ ਸਕਦਾ, ਤੁਹਾਨੂੰ ਪਤਾ ਹੈ। ਓ ਮਾਈ ਗੋਡ, ਖਿਆਲ ਰੱਖਿਓ, ਸਾਡੇ ਕੁਛ ਪਲੈਨਸ ਨੇ, ਉਹਦੇ ਬਾਅਦ ਚੋਂ ਫਿਰ ਆਫਟਰ ਪਲੈਨਸ ਨੇ। ਹੁਣ ਬਹੁਤ ਜ਼ਿਆਦਾ ਪਲੈਨਸ ਨੇ, ਬਸ ਐਗਜ਼ੀਕਿਊਟ ਕਰਨੇ ਬਾਕੀ ਨੇ। ਲਓ ਬਈ ਮਿੱਤਰੋ, ਥਾਰ ਤੋਂ ਬਣ ਲਈਏ, ਮੇਰੀ ਫੇਵਰੇਟ ਕਾਰ ਥਾਰ। ਚਲੋ ਆਪਾਂ ਵੀ ਆਪਣੀ ਧਵਾ ਲਈਏ, ਪਰਸ ਚੁੱਕ ਲਈਏ, ਵੋਸ਼ ਕਰ। ਅਰੇ ਇਹ 'ਚ ਰੱਖਣਾ ਸੀ ਮੈਂ, ਘਰਦਿਆਂ ਨੇ ਦਰਬਾਰ ਸਾਹਿਬ ਵਾਲਾ ਪ੍ਰਸ਼ਾਦ ਹੀ ਨਹੀਂ ਕੱਢਿਆ ਅਜੇ ਤੱਕ ਕੱਲ੍ਹ ਦਾ। ਚਲੋ ਅਜੇ ਤਾਂ ਸੇਫਲੀ ਇੱਥੇ ਹੀ ਰਹਿੰਦੀ ਹੈ, ਉਹਨੂੰ ਹੋਰ ਕਿਤੇ ਰੱਖ ਦਿੰਦੇ ਹਾਂ। ਕਰਦੇ ਸਭ ਕਲੀਨ, ਅਬ ਆਪਕੀ ਜ਼ਿੰਮੇਵਾਰੀ ਹੈ। ਛੱਡ ਛੱਡ, ਕਿਉਂ ਗੰਦੀ ਨੀਤ ਪਾਉਣ ਡਿਆ ਏ, ਮਾਰ ਲੈਂਦੇ ਕੱਪੜਾ ਉਹਨੂੰ, ਵੇਖਣ 'ਚ ਮਜ਼ਾ ਆਉਣ ਡਿਆ ਏ। ਅਤੇ ਮੇਰੀ ਗੱਲ ਸੁਣ, ਤੂੰ ਫਿਰ ਸੌਂਕਣ ਸੌਂਕਣੇ ਤਾਂ ਨਹੀਂ ਵੇਖਣੀ, ਤੈਨੂੰ ਥਾਰ ਧੁੱਪ ਦੀ ਵਿਖਾ ਦਿੰਦੇ ਹਾਂ ਇੱਕ ਦੀ ਹੋਰ। ਜਨਾਨੀ ਆਪਣੇ ਤਿੰਨਾਂ ਕੋਲ ਨਹੀਂ ਵੀ ਵੇਖਣੀ ਸੌਂਕਾ ਸੌਂਕਣੇ ਆਪਾਂ। ਉਹ ਤਾਂ ਗੱਲ ਠੀਕ ਹੈ, ਤੂੰ ਬੜੇ ਵਧੀਆ ਤਰੀਕੇ ਨਾਲ ਪਲਟ ਗਿਆ। ਮੈਨੂੰ ਇਹ ਤਾਂ ਦੱਸ ਕਿ ਤੂੰ ਫਿਰ ਜੇ ਤੈਨੂੰ ਥਾਰ ਵੇਖਣ 'ਚ ਬੜਾ ਮਜ਼ਾ ਆਉਣ ਡਿਆ ਏ, ਫਿਲਮ ਰਹਿਣ ਦਿੰਦੇ ਹਾਂ, ਕੈਂਸਲ ਕਰ ਦਿੰਦੇ ਹਾਂ ਫਿਲਮ, ਤੈਨੂੰ ਇੱਕ ਦੋ ਗੱਡੀਆਂ ਧੁੱਪ ਦੀਆਂ ਹੋਰ ਵਿਖਾ ਦਿੰਦੇ, ਜਿਹੜੀ ਜਿਹੜੀ ਪਸੰਦ ਹੈ ਰੈਡੀ ਕਰ ਦਾਂਗੇ। ਜੇ ਕਰ ਵੀ ਦੇਣਗੇ ਪੰਜਾਂ ਮਿੰਟਾਂ 'ਚ ਪਹੁੰਚ ਤੇ ਨਹੀਂ ਸਕਦੇ, ਮਤਲਬ 10-15 ਮਿੰਟ ਲੱਗ ਜਾਣੇ ਆ। ਤੇ ਕੋਈ ਵੀ ਮੂਵੀ ਵੇਖਣ ਜਾਂਦੇ ਆ ਸਾਡੇ ਨਾਲ, ਆਹੀ ਮਤਲਬ ਪੰਗਾ ਪੈਂਦਾ ਹੀ ਪੈਂਦਾ ਵਾ, ਸਾਡੀ ਸਟਾਰਟਿੰਗ ਨਿਕਲ ਹੀ ਜਾਂਦੀ ਹੈ। ਤੇ ਹੋਰ ਤੋਂ ਅੱਜ ਟਾਈਮ ਨਾਲ ਪਹੁੰਚ ਚੁੱਕੀ ਹੈ। ਦੋਹਤੀ ਦੋਹਤੀ ਬਈ ਦੋਹਤੀ, ਬੜੀ ਤੇਜ਼ ਤੇਜ਼ ਲੱਗਾ ਮੁੰਡਾ, ਵਾਹ ਬਈ ਵਾਹ। ਹਮਾਰੀ ਗਾੜੀ ਉਚਾਈਓ ਕੋ ਛੂਤੀ ਹੋਈ, ਬਸ ਕਰ ਭਰਾਵਾ ਛੱਤ ਨੂੰ ਲਾਉਣੀ ਹੂੰ, ਬਸ ਬਸ ਹਾਂ ਹੈਂ। ਓਏ ਵਾਕਈ ਟੇਢੀ ਹੋ ਗਈ ਥੋੜ੍ਹੀ, ਖਿਲਾਰੀ ਇੱਦਾਂ ਹੋਣੀ ਆ ਹਨਾ, ਤੇ ਉਹ ਥੋੜ੍ਹੀ ਹੁਣ ਇੱਦਾਂ ਘੁੰਮਣ ਡਿਆ, ਉੱਡਦਾ ਉੱਡਦਾ ਐਂ ਘੁੰਮਣ ਡਿਆ, ਉਹ ਪੂਰਾ ਐਂ ਘੁੰਮਦਾ ਹੈ। ਅੱਛਾ ਗੋਲ ਕਰਦੇ ਭਾਵੇਂ, ਵੈਰੀ ਗੁੱਡ। ਤੇ ਫਿਰ ਮੈਂ ਹੁੰਦਾ ਨਾ ਹੈਪੀ, ਜੇ ਮੇਰੇ ਹੱਥ 'ਚ ਪ੍ਰੈਸ਼ਰ ਬੈਪ ਹੁੰਦਾ ਤੇ ਮੈਂ ਇੱਕ ਜਗ੍ਹਾ 'ਤੇ ਖਲੋਤਾ ਰਹਿਣਾ ਹੀ, ਮੈਂ ਤੁਸੀਂ ਸੈਡ ਤੋਂ ਗੱਡੀ ਘੁੰਮਾ ਰੱਖਵਾ, ਮੈਂ ਕਹਿੰਦਾ ਬਾਈ ਮੈਨੂੰ ਕੁਰਸੀ ਦੇ ਦਿਓ, ਮੈਂ ਪੈਪ ਲੈ ਕੇ ਬੈਠਾ, ਤੁਸੀਂ ਉਹ ਘੁਮਾਈ ਜਾਓ। ਹੈਪੀ ਹਸਤਾ ਦੇ ਨਹੀਂ ਆ ਗਏ ਨੇ ਆਏ ਚੂਸੇ ਵਾਲਾ ਜੱਟ ਆ ਰਿਹਾ
ਅਦਲੀ ਚੀਜ਼ ਤੇ ਰਹਿ ਗਈ ਪਰਨੋ ਗੱਡੀ ਧੁੱਪ ਗਈ ਆ ਬਸ ਆਪਣੀ ਟਾਈਮ ਕਿੰਨਾ ਹੋ ਗਿਆ ਏ 2 ਵਜੇ ਚੱਲੇ ਨੇ ਸਹੀ ਹੈ ਟਾਈਮ ਨਾਲ ਫ੍ਰੀ ਹੋ ਜਾਣਾ ਆਪਾਂ ਟਾਈਮ ਨਾਲ ਪਹੁੰਚ ਜਾਾਂਗੇ ਸਹੀ ਹੈ मैं आपे नूं आ गया मैं एक बार गड्डी ते वेखो किदा मजा आ गया मैं कहा किदा इनू खड़ी रह दिए रिक्शे ते चल चलिए इनू वेख तो सही यार लिशका गड्डी मारन दी वी नहीं लिशका मारी नहीं शमी जी देखी ओ माय गॉड आए होए मैं बिल्कुल इस तरह रखा आ काम खराब करता है ये कपड़े खराब करेगा ना टाइम 2:13 कंजरा अच्छा ओद ही दस दे दस दे अरे वेख ला की पता कोई मांजे यार हैप्पी दी ना एक रिक्वायरमेंट है जे कोई पूरी कर सकता है जरूर दसो हैप्पी रिक्वायरमेंट दे अपनी ओ यार वेख तेरा अपनी मशहूरी देन दा काम है 2 मिनट ना ना फिर नहीं दसना चल थोड़ी सोचना बाद च दियो पहला खा लो टाइम अपने को कुल 10 मिनट बचे ने गिनती ते इन ना ले चलिए ते कोल्ड ड्रिंक शमी जी थोड़ी देर लोग ला लो यार जल्दी खा लो प्रैक्टिस है नहीं की अजे तेन पूरी इन अजे आँदी नहीं की इन बारह भी कम नहीं मिलना ठीक है खाते खाते पूरा टाइम लाता 2:45 हो गए ने 2:45 की मूवी है 5 मिनट लग जाने पहुँचते पहुँचते भाजी छेती ला चलो ओडी 3 ओडी 3 3 3 लाल सिंह चड्डा आनी है चलोगी पूरे टाइम से शमी जी थोड़ी जी खराब हो गई ही मैं सीधा कर दिए एक बार घर दिन पता लग जाए गड्डी धवा के लिया रखते प्यार चल फिर फिल्म वेख ही ली अज सौंकण सौंकने ओहो हो ये भी बोझ अज दिल तो लै गया 40 करोड़ क्या कमा गई है मैं ठीक सी फिल्म अच्छी फिल्म सी अच्छी बहुत अच्छा लगा देख के वधिया टाइम पास हो गया अड्डा मतलब इस चीज पता लग गया कि 2 घर वालियां बड़ा औखा काम है नहीं मंगा लेना मेनू हुणे कहण दिया ही कहिंदा कोई चक्कर नहीं कहिंदा एमी विरक थोड़ा ढिल्ला रह गया है कहिंदा सानू 2 दी जगह 3 वी हुंदियां ही सांभ लैणियां है शमी जी तुसी ना एकदम टॉपिक चेंज कर दे एंड च वेख के हां पागल हो गया मेनू लगदा एंड च शमी उन्होंने ताही ओ सीन विखाया ही कि लोकी पंगा ना लै लैण के पागल विखाया एक चीज की बड़ी खुशी है इच जिहड़ा टोर सरदार साहब दी जिहड़ा गाना वा अपने भरा ने लिखा अर्जन विरक ने बहुत बहुत मुबारक जड़ी जान दिया फिल्म एक तो पहला दसनी सी गल तो अच्छा मैं माहौल बना दा
ਮੈਂ ਮੋਲ ਬਣਾਉਣਾ ਤੇ ਮਿੱਤਰੋ ਹੈਪੀ ਦੀ ਨਾ ਇੱਕ ਛੋਟੀ ਜੀ ਮੰਗ ਸੀਗੀ ਤੇ ਹੈਪੀ ਰੱਖ ਲੱਗਾ ਏ ਹੈਪੀ ਦੱਸ ਰਾਂਦਾ ਦੱਸ ਦੇ ਨੋਰ ਬਣਾ ਦੇ ਇਦਾਂ ਨਹੀਂ ਕੈਮਰੇ ਸਾਹਮਣੇ ਨਹੀਂ ਆਪਣੇ ਬੋਲੇ ਯਾਰ ਆਏ ਆ ਉਦਾਂ ਨਾ ਇੰਨੀ ਬਕਵਾਸ ਕਰਦੇ ਨੇ ਆ ਬੰਦੇ ਕਿ ਤੁਸੀਂ ਸਮਝ ਲਓ ਅਗਰ ਮੈਂ ਵਲੌਗ ਬਣਾਵਾਂ ਤੇ ਅੱਧਾ ਘੰਟਾ ਵੀ ਮੈਂ ਰੋਕ ਨਹੀਂ ਸਕਦਾ ਤੇ ਤੁਹਾਨੂੰ ਹਾਸਾ ਵੀ ਆਊਗਾ ਪੂਰਾ ਮਤਲਬ ਇਹ ਵੀ ਫਿਲਮ ਤੋਂ ਘੱਟ ਨਹੀਂ ਲੇਕਿਨ ਜਦੋਂ ਇਹਨਾਂ ਨੂੰ ਪੁੱਛ ਲਓ ਉਦੋਂ ਇਹਨਾਂ ਨੂੰ ਬਿਮਾਰੀ ਪੈ ਜਾਂਦੀ ਆ ਹੈ ਕਿਹੜਾ ਸੀਨ ਆ ਡਾਇਲੋਗ ਆ ਡਾਇਲੋਗ ਤੇ ਬੜਾ ਹੁੰਦਾ ਹੈ ਕਿੰਨਾ ਬੰਦਾ ਖਾਲੀ ਹੱਥੇ ਆਉਂਦਾ ਵੇਖ ਲਓ ਨੰਗੇ ਪੈਰੀ ਚੱਲ ਗਿਆ ਅੱਛੀ ਸੀ ਡਾਇਲੋਗ ਡਾਇਲੋਗ ਤੇ ਵਧੀਆ ਸੀ ਯਾਰ ਵਧੀਆ ਸੀ ਫਿਲਮ ਮਤਲਬ ਐਮੀ ਵਿਰਕ ਦੀ ਐਕਟਿੰਗ ਵਧੀਆ ਸੀ ਚ ਹਨਾ ਜਦੋਂ ਕੁੱਟਣ ਲੱਗਦਾ ਜਦੋਂ ਗੁੱਸੇ ਚ ਹੁੰਦਾ ਸੀ ਛੱਡਣ ਜਾਂਦਾ ਉਹਨਾਂ ਨੂੰ ਵਾਰ ਵਾਰ ਪਸੰਦ ਹੈ ਵਧੀਆ ਸੀ ਯਾਰ ਫਿਲਮ ਸ਼ਰਮੀ ਤੇਰੀ ਗਰਾਰੀ ਜਿਹੜੀ ਹੈ ਨਾ ਦਿਮਾਗ ਦੀ ਦੋ ਘਰ ਵਾਲੀਆਂ ਤੇ ਜਿਹੜੀ ਪਈ ਅਜੇ ਤੱਕ ਬਾਕੀ ਹੈਪੀ ਨਾਲ ਮੈਂ ਕੰਫਰਟੇਬਲ ਕਰਕੇ ਤੇ ਹੈਪੀ ਦੀ ਬੜੀ ਤਕੜੀ ਇੱਕ ਗੱਲ ਹੀ ਉਹ ਵੀ ਤੁਹਾਡੇ ਸਾਹਮਣੇ ਲੈ ਕੇ ਆਉਣਾ ਹੈ ਗੋਲਡਨ ਮਿੰਗਸ ਵਾਲੇ ਹਰਸ਼ ਆਓ ਚੱਲੇ ਕਿਹੜਾ ਕੀ ਕੀ ਹੈ ਬਈ ਸੁਨਹਿਰੀ ਪੰਖ ਸੁਨਹਿਰੀ ਪੰਖ ਤੂੰ ਸੋਚਿਆ ਸੀ ਸੁਨਹਿਰੀ ਪੰਖ ਅੱਜ ਆਪਣੇ ਪੰਖ ਲੱਗੇ ਹੋਏ ਨੇ ਯਾਰ ਚਲੋ ਆਈਏ ਯਾਰ ਸਰ ਆਵੋ ਹਰਸ਼ ਸਰ ਆਈਏ ਹਰਸ਼ ਗੱਡੀ ਗੱਡੀ ਸਟਾਰਟ ਹੋ ਲੈਂਦੇ ਸ਼ੰਮੀ ਜੀ ਕਿਹੜੇ ਆ ਰਹੇ ਲੱਗੇ ਹੋ ਅੱਛਾ ਰੋਜ਼ ਰੋਜ਼ ਇੱਕ ਇੱਕ ਅੱਖਰ ਪੁੱਟ ਰਹੇ ਹੋ ਤੁਸੀਂ ਰੋਜ਼ ਮੈਂ ਬਾਗਾ ਓਐਲਟੀ ਰਹਿ ਗਈ ਏ ਐਲਟੀ ਰਹਿ ਗਈ ਏ ਹੁਣ ਐਲਟੀ ਵਾਈ ਰਹਿ ਜਾਣਾ ਖਾਲੀ ਆ ਦੇ ਹੁਣ ਖਰਾਬ ਹੋ ਜਾਣਾ ਹਾਂ ਯਾਰ ਤੁਸੀਂ ਹਰਸ਼ ਸਰ ਸੁਨਹਿਰੀ ਪੰਖਾ ਵਾਲੇ 10 ਰੁਪਏ ਤੂੰ ਹੁਣ ਹਰਸ਼ ਸਰ ਸੁਨਹਿਰੀ ਪੰਖਾ ਵਾਲੇ ਦੀ ਵੇਖ ਲੈ ਓ ਮਾਈ ਗੋਡ ਵੇਅਰ ਇਜ਼ ਮਾਈ ਵਾਲਟ ਸ਼ੰਮੀ ਜੀ ਇੱਕ ਮਿੰਟ ਰੁਕ ਜਾ ਹਾਂ ਤੁਹਾਨੂੰ ਪਤਾ ਨਹੀਂਗਾ ਖਰਾਬ ਨਹੀਂ ਹੋਣੀ ਚਾਹੀਦੀ ਜਿੰਨਾ ਚਿਰ ਤੱਕ ਘਰ ਜਾ ਰਹੇ ਆ ਓ ਹੋ ਹੋ ਹੁਣ ਚਲੋ ਹੁਣ ਚਲੋ ਉਧਰਪੁਰੋਂ ਨਿਕਲ ਕੇ ਬਿਲਾਸਪੁਰ ਅਡਾ ਗਏ ਆ ਕਿਉਂਕਿ ਲੈਬਨਿਸ ਰੋਲ ਖਾਣਾ ਸੀ ਮੁੰਡਿਆਂ ਨੇ ਕਿਹੜਾ ਰੋਲ ਲੈਬਨਿਸ ਹੁਣ ਸਹੀ ਬੋਲਿਆ ਤੂੰ ਮੈਂ ਸਹੀ ਬੋਲਦਾ ਤੁਹਾਡੇ ਕੰਨ ਵੱਜਣ ਦੇ ਤੁਹਾਡੇ ਕੰਨ ਵੱਜਣ ਦੇ ਨੇ ਤੇ ਇੱਧਰ ਮੈਂ ਦੱਸ ਨਹੀਂ ਸਕਦਾ ਵੀਡੀਓ ਜਿਹਨੇ ਕੀ ਬੋਲਿਆ ਪਹਿਲਾਂ ਹੈ ਮੈਂ ਦੱਸ ਨਹੀਂ ਸਕਦਾ ਇੰਨੀ ਗੰਦੀ ਗੱਲ ਜ਼ਿਕਰ ਵੀ ਨਾ ਕਰੋ ਜਿਹੜੀ ਚੀਜ਼ ਵੀ ਜਿਹੜੀ ਚੀਜ਼ ਦੱਸ ਨਹੀਂ ਸਕਦੇ ਉਹ ਤਾਂ ਜ਼ਿਕਰ ਵੀ ਨਹੀਂ ਕਰਨਾ ਚਾਹੀਦਾ ਆਪ ਆਪਣੇ ਵੀਵਰਸ ਨੂੰ ਮੈਚ ਦਿਖਾਓ ਮੈਚ ਵਿਖਾ ਦਿੰਨੇ ਆ ਗਾਈਸ ਵੇਖੋ ਆਪਣੇ ਕੋਲ ਆ ਵੀ ਆਪਸ਼ਨ ਹੈਗਾ ਜੇ ਮੈਚ ਇਦਾਂ ਪਸੰਦ ਨਹੀਂ ਆ ਰਿਹਾ ਤੇ ਇਦਾਂ ਵੇਖ ਲਓ ਥੋੜਾ ਜਿਹਾ ਐਂ ਕਰਕੇ ਐਂ ਕਰਕੇ ਵੇਖ ਲਓ ਨਹੀਂ ਬਿਲਕੁਲ ਨਹੀਂ ਪਸੰਦ ਆ ਡਰਾਈਵਰ ਦਾ ਮੇਰੇ ਵਰਗਾ ਡਰਾਈਵਰ ਆ ਤੈਨੂੰ ਕਹਿੰਦਾ ਥੱਲੇ ਚੱਲਦੀ ਆ ਭਰਾ ਤੂੰ ਥਾਰ ਕਰਕੇ ਕਹਿ ਰਿਹਾ ਏ ਥਾਰ ਕਰਕੇ ਆ ਮੈਨੂੰ ਪਤਾ ਹੈ ਯਾਰ ਇਹ ਕਿੱਧਰੋਂ ਆਈ ਹੋਗੀ ਟੁੱਟ ਗਈ ਹੋਣੀ ਆ ਇਹ ਲੈ ਗਿਆ ਮੈਂ ਹੈਪੀ ਗੱਲ ਦੱਸੇਗਾ ਨਹੀਂ ਦੱਸੇਗਾ ਅੱਜ ਦੱਸਦਾਗਾ ਹੈ ਐਡਾ ਤੋ ਜਿਹੜਾ ਰਾਜ ਰੱਖਿਆ ਜੀ ਨੱਕ ਨੁੱਕ ਸਹੀ ਤਰੀਕੇ ਨਾਲ ਸਾਫ਼ ਨਹੀਂ ਕਰਦਾ ਤੂੰ ਦਾੜੀ ਚੜਾ ਲੈਂਦਾ ਤੂੰ ਮਸਲਾ ਹੁਣ ਤੇ ਜੋ ਮਰਜ਼ੀ ਕਹੀ ਜਾ ਅੰਦਰ ਦੜੀ ਵੜ ਗਈ ਅੰਦਰ ਦੜੀ ਵੜ ਗਈ ਆ ਚਲੋ ਯਾਰ ਜਿੰਨਾ ਚਿਰ ਬਣਦੇ ਉਹਨਾਂ ਚਿਰ ਮੈਚ ਵੇਖ ਲਈਏ ਚਲੋ ਤੁਸੀਂ 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 ਨਾ ਗਾਇਓ ਜੇ ਉਹ ਲਾਓ ਯਾਰ ਕੈਚੀ ਵੈਚ ਲਾਓ ਯਾਰ ਭਾਈ ਸਾਹਿਬ ਥੋੜਾ ਕੈਚੀ ਵੈਚ ਕੋਲਡ ਡਰਿੰਕ ਮੰਗਾ ਲਈਏ ਇੱਕ ਛੋਟੀ ਕੋਲਡ ਡਰਿੰਕ ਲਿਆਓ ਯਾਰ ਜਦੋਂ ਸ਼ੰਮੀ ਤੂੰ ਇੰਨਾ ਖਰਚਾ ਕਰਨੇ ਡਿਆ ਥੋੜਾ ਹੋਰ ਫਿਰ ਥੋੜਾ ਹੋਰ ਸਹੀ ਯਾਰ ਸ਼ੰਮੀ ਯਾਰ ਜਦੋਂ ਪੀਜ਼ਾ ਪੂਜ਼ਾ ਆਰਡਰ ਖਾ ਹੀ ਦਿੱਤਾ ਤੇ ਯਾਰ ਕੋਈ ਗੱਲ ਨਹੀਂ ਬਸ ਖਾ ਪੀ ਲਿਆ ਤੇ ਘਰ ਆ ਗਏ ਆ ਤੇ ਵਧੀਆ ਹੀ ਅੱਜ ਦਾ ਦਿਨ ਬਹੁਤ ਮਜ਼ਾ ਆਇਆ ਤੇ ਬਾਕੀ ਹੈਪੀ ਨੇ ਗੱਲ ਨਹੀਂ ਦੱਸੀ ਕੋਈ ਨੀ ਮੈਨੂੰ ਪਤਾ ਵਾ ਲੇਕਿਨ ਮੈਂ ਚਾਹੁੰਦਾ ਵਾ ਇੱਕ ਵਾਰੀ ਹੈਪੀ ਦੇ ਮੂੰਹ ਤੋਂ ਹੀ ਸੁਣੋ ਤੇ ਕੋਈ ਨੀ ਆਪਾਂ ਅਗਲੇ ਵਲੋਗ 'ਚ ਹੈਪੀ ਨੂੰ ਮਨਾਉਂਦੇ ਆ ਗਏ ਹੈਪੀ ਯਾਰ ਉਹ ਗੱਲ ਦੱਸ ਗੱਲ ਬੜੀ ਮਜ਼ੇਦਾਰ ਹੈ ਅਤੇ ਬਾਕੀ ਪਲੈਨ ਬਣ ਰਿਹਾ ਯਾਰ ਮੈਨੂੰ ਵੀਰ ਦਾ ਫੋਨ ਆਉਣ ਡਿਆ ਹੋ ਸਕਦਾ ਮੈਂ ਕੱਲ੍ਹ ਸਵੇਰੇ ਦਿੱਲੀ ਵੱਲ ਨੂੰ ਨਿਕਲਾਂ ਅਤੇ ਕਰਦਾ ਪਲੈਨ ਕਿਉਂਕਿ ਕੱਲ੍ਹ ਪੰਜਾਬੋਂ ਆਇਆ ਯਾਰ ਇਸ ਟਾਈਮ ਅਤੇ ਹੁਣ ਇੱਕਦਮ ਜਾ ਨਹੀਂ ਸਕਦਾ ਕਿਉਂਕਿ ਮੈਂ ਬਿਲਕੁਲ ਪ੍ਰੋਪਰ ਮਤਲਬ ਰੈਸਟ ਨਹੀਂ ਲੈ ਪਾਇਆ ਅੱਜ ਸਵੇਰ ਦਾ ਉੱਠਿਆ ਪਿਆ ਵਾਂ ਅਤੇ ਬਾਕੀ ਦੇਖਦੇ ਹਾਂ ਜੋ ਵੀ ਹੁੰਦਾ ਤੁਹਾਡੇ ਸਾਹਮਣੇ ਆ ਅਤੇ ਬਾਕੀ ਤੁਸੀਂ ਪਿਆਰ ਦੇਣ ਹੀ ਡਿਓ ਵਲੋਗਾਂ ਨੂੰ ਇੱਦਾਂ ਹੀ ਦੇਈ ਚਲੋ ਅਤੇ ਬਹੁਤ ਸਰਪ੍ਰਾਈਜ਼ ਆ ਜੂਨ ਦੇ ਮਹੀਨੇ ਨਾ ਮਤਲਬ
ਵਧੀਆ ਵਧੀਆ ਟ੍ਰਿਪਸ ਲੈ ਕੇ ਆਵਾਂਗੇ, ਬਿਲਕੁਲ ਅਨਐਕਸਪੈਕਟਡ ਲੈ ਕੇ ਆਵਾਂਗੇ। ਅਤੇ ਬਸ ਤੁਸੀਂ ਪਿਆਰ ਦਿਉ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵਧੀਆ ਵਧੀਆ ਕਮੈਂਟ ਦਿਆ ਕਰੋ, ਦੱਸਿਆ ਜ਼ਰੂਰ ਕਰੋ ਯਾਰ ਚੰਗੀ ਮਾੜੀ ਚੀਜ਼, ਕਮੈਂਟ ਨਹੀਂ ਕਰਦੇ ਇੱਕ ਤੁਸੀਂ ਉਹਨਾਂ ਚਿਰ ਪਤਾ ਨਹੀਂ ਲੱਗਦਾ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਓ। ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ।